ਅਸਲਾਮੁਅਲੈਕਮ ਵੀਰੋ, ਕੀ ਹਾਲ ਚਾਲ ਹੈ? ਹੋਰ ਸੁਣਾਓ, ਸਭ ਠੀਕ ਠਾਕ? ਵੀਰੋ, ਤੁਹਾਡਾ ਆਪਣਾ ਵੀ ਸ਼ਾਹਿਦ ਹੁਸੈਨ ਤੁਹਾਡੀ ਖਿਦਮਤ 'ਚ ਫਿਰ ਹਾਜ਼ਰ ਹੈ ਅਤੇ ਤੁਸੀਂ ਵੇਖ ਰਹੇ ਕਿ ਯੂਟਿਊਬ ਚੈਨਲ ਅਮੀਨਪੁਰ ਬੰਗਲਾ ਕੀ ਕਹਿੰਦੇ ਅਤੇ ਦੋਸਤੋ, ਮਾਸ਼ਾਅੱਲਾ ਆਹ ਬਛੇਰਾ ਨੁਕਰੇ ਰੰਗ ਦਾ ਪਿਛਲੇ ਦਿਨਾਂ 'ਚ ਅਸੀਂ ਸਾਨੂੰ ਇਸ ਵੀਰ ਨੇ ਘੱਲਿਆ ਵਾ, ਅਸੀਂ ਆਪਣੀ ਆਈਡੀਆਂ 'ਤੇ ਲਾਇਆ ਅਤੇ ਅਲਹਮਦੁਲਿਲਾ ਲਾਹੌਰ ਤੋਂ ਵੀਰ ਆਏ ਹੋਏ ਨੇ ਅਤੇ ਇਹ ਸੇਲ ਕਰਾ ਦਿੱਤਾ। ਇਹਦੀ ਗੱਲ ਤਾਂ ਮਾਲਕਾਂ ਨਾਲ ਬਾਅਦ 'ਚ ਕਰਾਂਗਾ, ਪਹਿਲਾਂ ਮੈਂ ਇੱਕ ਜਿਹੜੇ ਸਾਡੇ ਖਰੀਦਦਾਰ ਬੰਦੇ ਨੇ ਉਹਨਾਂ ਨਾਲ ਮੈਂ ਇੱਕ ਨਿਧੀ ਦੀ ਗੱਲ ਕਰਨਾ ਚਾਹੁੰਦਾ ਵਾ। ਅਤੇ ਜਦੋਂ ਅਸੀਂ ਆਈਡੀਆ 'ਤੇ ਵਛੇਰਾ ਜਾਂ ਵਛੇਰੀ ਘੋੜਾ ਘੋੜੀ ਲਾ ਦਿੰਦੇ ਹਾਂ ਅਤੇ ਉਹ ਆਉਂਦੇ ਨੇ ਮਾਲਕਾਂ ਦਾ ਡਾਇਰੈਕਟ ਨੰਬਰ ਦਿਓ। ਮੈਂ ਬਾਰਹਾ ਵਾਰੀ, ਮੇਰਾ ਖਿਆਲ ਦਿੱਤਾ ਵਾ, ਬਾਰਹਾ ਵਾਰੀ ਲੋਕਾਂ ਨੂੰ ਨੰਬਰ ਦਿੱਤਾ। ਲੋਕ ਜਾਨਵਰ ਲੈ ਜਾਂਦੇ ਨੇ ਅਤੇ ਮੁੜ ਕੇ ਸਾਡੇ ਨਾਲ ਰਾਬਤਾ ਕੋਈ ਨਹੀਂ ਕਰਦੇ, ਕਿਉਂਕਿ ਸਾਡੇ ਵੀ, ਅਸੀਂ ਵੀ ਆਪਣੀ ਰੋਜ਼ੀ ਵਾਸਤੇ ਕੰਮ ਕਰ ਰਹੇ ਹਾਂ, ਅਸੀਂ ਵੀ ਆਪਣੀ ਰੋਜ਼ੀ ਕਮਾਉਂਦੇ ਹਾਂ, ਅਸੀਂ ਡੀਲਰੀ ਕਰਦੇ ਹਾਂ, ਆਪਣਾ ਵਪਾਰ ਵੀ ਕਰਦੇ ਹਾਂ। ਪਰ ਅਲੱਗ ਜਦੋਂ ਡੀਲਰੀ ਅਸੀਂ ਕਰਦੇ ਹਾਂ, ਉਹਨਾਂ ਨੂੰ ਦੱਸੀਦਾ ਵੀ ਅਸੀਂ ਡੀਲਰੀ ਕਰਨੀ, ਅਸੀਂ ਕਮਿਸ਼ਨ ਲੈਣੀ ਹੈ ਇੰਨੀ। ਮੁੜ ਕੇ ਉਹ ਡਰੈਕਟ ਜਦੋਂ ਮਾਲਕਾਂ ਨਾਲ ਰਾਬਤਾ ਕਰਕੇ ਜਾਨਵਰ ਲੈ ਜਾਂਦੇ ਨੇ ਅਤੇ ਮੁੜ ਕੇ ਰਾਬਤਾ ਕਰੀਏ ਨਾ ਉਹਨਾਂ ਇੱਜ਼ਤਦਾਰ ਲੋਕਾਂ ਨਾਲ, ਇੱਜ਼ਤਦਾਰ ਲੋਕਾਂ ਨਾਲ ਰਾਬਤਾ ਕਰੀਏ ਤਾਂ ਅੱਗੋਂ 3-5 ਕਰਦੇ ਨੇ ਅਤੇ ਥੋੜ੍ਹਿਆਂ ਦਿਨਾਂ ਬਾਅਦ ਮੈਨੂੰ ਕਿਹੜਾ ਕੋਈ ਦਾਣੇ ਦਿੰਦਾ ਵਾ, ਯਾਨੀ ਮੇਰੇ ਘਰ ਕਿਹੜਾ ਕੋਈ ਦਾਣੇ ਸੁੱਟ ਕੇ ਜਾਂਦਾ। ਮੈਂ ਇਨਸ਼ਾਅੱਲਾ ਉਹਨਾਂ ਦਾ ਨਾਂ ਲੈ ਕੇ ਅਤੇ ਵੀਡੀਓ ਪਾਵਾਂਗਾ ਯੂਟਿਊਬ 'ਤੇ, ਵੇਖਾਂਗਾ ਮੇਰਾ ਕੀ ਵਿਗਾੜਦੇ ਨੇ। ਅਤੇ ਪਿਛਲੇ ਦਿਨਾਂ ਦੀ ਮੈਂ ਗੱਲ ਸੁਣਾਉਣਾ ਵੀ ਗੁਜਰਾਂ ਵਾਲੇ ਤੋਂ ਵਛੇਰੀ ਇੱਕ ਲਈ ਹੈ ਕਿਸੇ ਬੰਦੇ, ਨਾਂ ਨਹੀਂ ਉਹਦਾ ਲਾਂਗਾ, ਨਾ ਮੈਂ ਬਾਅਦ 'ਚ ਉਹਦਾ ਲਾਂਗਾ। ਉਹਨੇ ਵਛੇਰੀ ਲਈ ਆ, ਵਛੇਰੀ 1 ਮਹੀਨਾ ਪਹਿਲਾਂ ਲਈ ਆ, ਮੇਰੇ ਕੋਲ ਨੰਬਰ ਲਿਆ ਮਾਲਕਾਂ ਦਾ, ਵਛੇਰੀ ਖਰੀਦ ਲਈ, ਵਛੇਰੀ ਲੈ ਗਿਆ ਘਰ। 1 ਮਹੀਨੇ ਬਾਅਦ ਮੈਨੂੰ 4 ਦਿਨ ਹੋਇਆ, ਫੋਨ ਆਇਆ ਜੀ ਵਛੇਰੀ ਦੇ ਪਿਛਲੇ ਜਿਹੜੇ ਨੇ ਨਾ ਲੱਤਾਂ 'ਚੋਂ ਪੀੜਾਂ ਕੱਢ ਗਈਆਂ। ਉਹ ਜਦੋਂ ਤੁਸੀਂ ਲੋਕਾਂ ਦਾ ਹੱਕ ਨਹੀਂ ਦੇਣਾ, ਜਦੋਂ ਲੋਕਾਂ ਦਾ ਹੱਕ ਨਹੀਂ ਦੇਣਾ, 3-4 ਲੱਖ ਰੁਪਈਆ ਉੱਥੇ ਭਰ ਲਿਆ, ਜਦੋਂ ਸਾਡਾ ਹੱਕ ਨਹੀਂ ਤੁਸੀਂ ਦੇਣਾ ਤਾਂ ਫਿਰ ਪੀੜਾਂ ਹੀ ਕੱਢਣੀ। ਅਸੀਂ ਦੁਆ ਕਦੀ ਨਹੀਂ ਕੀਤੀ, ਬਦ ਦੁਆ ਕੀਤੀ ਹੋਏ ਵੀ ਜਾਨਵਰ ਨੂੰ ਕੁਝ ਹੋਏ। ਅੱਲਾ ਮਾਫੀ ਤਾਂ ਕਿਸੇ ਦੇ ਜਾਨਵਰ ਨੂੰ ਕੁਝ ਨਾ ਹੋਵੇ, ਤੁਹਾਨੂੰ ਅੱਲਾ ਅਕਲ ਦੇ, ਤੁਹਾਨੂੰ ਅੱਲਾ ਦੇ ਹੱਥ ਹੈ। ਅਤੇ ਚਲੋ ਆ ਜਾਓ, ਮੈਂ ਗੱਲ ਕੀਤੀ ਹੈ, ਬਾਕੀ ਬੰਦੇ ਵੀ ਗੌਰ ਨਾਲ ਸੁਣ ਲੈਣ ਵੀਡੀਓ ਸਾਡੀ। ਤੁਸੀਂ ਸਕਿੱਪ ਵੀ ਬੰਦੇ ਕਈ ਕਰਦੇ ਨੇ, ਕਈ ਮੈਨੂੰ ਹੁਣ ਤਾਂ ਕਾਲਾਂ 'ਤੇ ਆ ਗਏ ਨੇ, ਕਈ ਜਿਹੜੇ 2 ਨੰਬਰ ਬੰਦੇ ਨੇ ਨਾ ਮੈਨੂੰ ਕਾਲਾਂ ਵੀ ਕਰਦੇ ਨੇ, ਧਮਕਾਉਂਦੇ ਨੇ ਮੇਰਾ ਕਿਸੇ ਨੇ ਕੀ ਵਿਗਾੜ ਲੈਣਾ। ਅਤੇ ਆਓ ਹੁਣ ਗੱਲ ਕਰਦੇ ਹਾਂ ਇਸ ਵਛੇਰੇ ਦੀ, ਪਹਿਲਾਂ ਜਿਹੜਾ ਵਛੇਰੇ ਦਾ ਪਹਿਲਾਂ ਮਾਲਕ ਸੀ ਉਹਦੇ ਨਾਲ ਗੱਲ ਕਰਦੇ ਹਾਂ, ਫਿਰ ਦੂਸਰਾ ਮਾਲਕ ਦਾ ਸਾਹਮਣੇ ਲੈ ਕੇ। ਹੋਰ ਰਿਆਸਤ ਬਾਈ, ਕੀ ਹਾਲ? ਹੋਰ ਸਭ ਠੀਕ ਆ? ਰਿਆਸਤ ਬਾਈ, ਇਹ ਵਛੇਰਾ ਸੇਲ ਕਰ ਦਿੱਤਾ ਹੈ, ਦੇ ਦਿੱਤਾ ਮਾਲਕਾਂ ਨੂੰ, ਦੂਸਰੇ ਮਾਲਕਾਂ ਨੂੰ? ਜਿਹੜੀ ਗੱਲ ਤੁਹਾਡੇ ਨਾਲ ਕੀਤੀ ਸੀ ਉਹ ਹੀ ਨਿਕਲੀ ਹੈ ਜੋ ਤੁਸੀਂ ਤੋਂ ਆਖਿਆ ਸੀ, ਅਸੀਂ ਆਪਣਾ ਦੇ ਵਿੱਚ ਕੁਝ ਨਹੀਂ ਰੱਖਿਆ। ਨਹੀਂ ਬਾਈ ਜਾਨ, ਸਾਹਮਣੇ ਸੌਦਾ, ਸਾਹਮਣੇ ਸੌਦਾ ਹੈ, ਲੜ ਕੇ ਸੌਦਾ ਹੈ, ਇਹਦੇ ਨਾਲ ਕਿਉਂ ਲੜਨ ਡਿਆ? ਅਸੀਂ ਸੌਦੇ ਦੇ ਦੌਰਾਨ ਪਹਿਲਾਂ ਇਹ ਦੱਸ ਦੇ, ਕੋਈ ਨਹੀਂ ਕੋਈ ਨਹੀਂ, ਇਹਦੇ ਨਾਲ ਕਿਉਂ ਕਿਉਂ ਇਹਨੂੰ ਦਬਾਉਣਾ ਨਹੀਂ ਮੈਨੂੰ, ਠੀਕ ਆ? ਸਾਹਮਣੇ ਕਿ ਡਾਕਟਰ ਸਾਹਿਬ ਜੀ ਨਾ ਆਪਣਾ ਸ਼ਾਹਿਦ ਬਾਈ ਕਿੱਥੋਂ ਆਏ ਜੀ? ਅਸੀਂ ਲਾਹੌਰ ਤੋਂ। ਤੁਹਾਡਾ ਨਾਂ ਬਾਈ ਜੀ? ਜਹਾਂਗੀਰ। ਜਹਾਂਗੀਰ ਸਾਹਿਬ, ਜਿਹੜੀ ਕੋਈ ਗੱਲਬਾਤ ਅਸੀਂ ਕੀਤੀ ਕਰਾਈ ਤੁਹਾਡੇ ਨਾਲ ਫੋਨ 'ਤੇ, ਗੱਲ ਹੋਈ ਜਾਂ ਫਿਰ ਡਾਇਰੈਕਟ ਮਾਲਕਾਂ ਨਾਲ ਗੱਲ ਕਰਾਈ, ਕੋਈ ਫਰਕ ਨਿਕਲਿਆ ਕਿਸੇ ਗੱਲ 'ਚ? ਬਿਲਕੁਲ ਫਰਕ ਹੋਇਆ। ਤੁਸੀਂ ਸਾਨੂੰ ਇੱਕ ਗੱਲ ਕਹੀ ਸੀ ਵੀ ਇਹ ਵਛੇਰਾ ਸਾਨੂੰ ਲੋੜ ਕਰਾ ਕੇ ਘੱਲ ਦਿਓ, ਅਸੀਂ ਆਖਿਆ ਨਹੀਂ ਮੌਕੇ 'ਤੇ ਆਓ, ਮੌਕੇ 'ਤੇ ਆਣ ਕੇ ਦੇਖੋ ਜੋ ਵੀ ਚੀਜ਼ ਆ, ਚੀਜ਼ ਪਸੰਦ ਆਈ ਤੁਸੀਂ ਲੈ ਲਈ, ਲੜ ਕੇ ਸੌਦਾ ਹੋਇਆ ਇਹਨਾਂ ਨਾਲ, ਝਗੜ ਕੇ ਲੜ ਕੇ ਹੋਇਆ ਪਰ ਫਾਇਦਾ ਨਹੀਂ ਹੋਇਆ, ਅਸੀਂ ਤਾਂ ਕੋਸ਼ਿਸ਼ ਪੂਰੀ ਕੀਤੀ ਉਹਨਾਂ, ਪਰ ਇਹ ਨਹੀਂ ਮੰਨੇ ਮਾਲਕ, ਨਹੀਂ ਮੰਨੇ ਉਹਨਾਂ ਦੀ ਮਰਜ਼ੀ ਦੀ ਗੱਲ, ਪਰ ਸਮੇਂ ਪੈ ਕੇ ਸਾਡੀ ਗੱਲ ਦੇ ਵਿੱਚ ਸਾਡੇ ਚੈਨਲ ਵਾਸਤੇ ਕੁਝ ਕਹਿਣਾ ਚਾਹੋ ਤਾਂ ਸਾਡੇ ਚੈਨਲ ਵਾਸਤੇ ਘੋੜੇ ਲਾਓ, ਮਾਸ਼ਾਅੱਲਾ ਭਾਈਆਂ ਨਾਲ ਰਾਬਤਾ ਕਰਕੇ ਜ਼ਰੂਰ ਲਾਓ। ਮਿਹਰਬਾਨੀ ਜੀ, ਠੀਕ ਹੈ ਜੀ, ਸਾਡੇ ਵਾਸਤੇ ਕੋਈ ਇੱਕ ਅੱਧਾ ਲਾਓ, ਸਾਡੇ ਚੈਨਲ ਵਾਸਤੇ ਜਿਹੜਾ ਚੈਨਲ ਹੈ ਤੁਹਾਡਾ ਚੈਨਲ, ਬਿਲਕੁਲ ਪਹਿਲੇ ਵੀ ਆਈ ਲਾਈਟ ਹੈ, ਇਨਸ਼ਾਅੱਲਾ ਤਾਲਾ ਤੁਸੀਂ ਗ੍ਰੇਟ ਹੋ ਇਹ ਜੀ ਦੋਸਤ। ਪਹਿਲਾਂ ਕੀ ਹੈ, ਹੱਥ ਹਲਾਲ ਦਾ ਰਿਜ਼ਕ ਜਿਹੜਾ ਨਾ ਅਸੀਂ ਲੈਂਦੇ ਹਾਂ, ਪਹਿਲਾਂ ਦੱਸ ਦਿੰਦੇ ਹਾਂ, ਕਦੇ ਕਿਸੇ ਨਾਲ ਇੱਕ ਬੰਦਾ ਵੀ ਕੋਈ ਜਿਹਨਾਂ ਨੂੰ ਲੈ ਕੇ ਦਿੱਤਾ ਖਲੋ ਕੇ ਸਾਨੂੰ ਕਵੇ ਵੀ ਇੱਧਰ ਤੁਹਾਡੀ ਗਲਤ ਬਿਆਨੀ ਨਿਕਲੀ, ਅਸੀਂ ਜ਼ਿੰਮੇਦਾਰ ਹਾਂ। ਜਾਨਵਰ ਆਪ ਪਸੰਦ ਕਰਨਾ, ਤਸੱਲੀ ਆਪ ਕਰਨੀ, ਸਾਨੂੰ ਕੋਈ ਪਤਾ ਪੁਤਾ ਨਹੀਂ, ਸਮਝੋ ਵੀ ਬੜਾ ਘੋੜਿਆਂ ਦਾ ਪਤਾ, ਸਾਨੂੰ ਨਹੀਂ ਤਸੱਲੀਆਂ, ਤੁਸੀਂ ਆਪ ਕਰਨੀ ਹੈ, ਆਪ ਲੈਣਾ ਜਾਨਵਰ। ਅਤੇ ਦੋਸਤੋ, ਇਨਸ਼ਾਅੱਲਾ ਅਗਲੀ ਵੀਡੀਓ 'ਤੇ ਫਿਰ ਮਿਲਦੇ ਹਾਂ, ਰੱਬ ਰਾਖਾ।